ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨਾਂ ਦਾ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ ਸੁਲਤਾਨੀ ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਜਾਦੂਗਰ ਖੋਤਾ। ਮੇਰੇ ਸੱਜਣੋ, ਇੱਕ ਪਿੰਡ ਵਿੱਚ ਇੱਕ ਅਮੀਰ ਆਦਮੀ ਰਹਿੰਦਾ ਸੀ ਜਿਹਦਾ ਨਾਂ ਰਾਜੂ ਸੀ। ਉਹਦੀ ਬੀਵੀ ਸੁੰਦਰੀ ਆਪਣੇ ਨਾਂ ਦੀ ਤਰ੍ਹਾਂ ਬਹੁਤ ਖੂਬਸੂਰਤ ਸੀ। ਉਹਦੀ ਖੂਬਸੂਰਤੀ ਦੀਆਂ ਗੱਲਾਂ ਪਿੰਡ ਦੀਆਂ ਕੁੜੀਆਂ ਵਿੱਚ ਅਕਸਰ ਹੁੰਦੀਆਂ ਸਨ। ਇੱਕ ਦਿਨ ਰਾਜੂ ਨੇ ਸੁੰਦਰੀ ਨੂੰ ਉਹਦੇ ਜਨਮ ਦਿਨ 'ਤੇ ਬਹੁਤ ਖੂਬਸੂਰਤ ਅਤੇ ਕੀਮਤੀ ਹੀਰਿਆਂ ਦਾ ਹਾਰ ਤੋਹਫੇ ਵਿੱਚ ਦਿੱਤਾ। ਸੁੰਦਰੀ ਹਾਰ ਗਲ ਵਿੱਚ ਪਾ ਕੇ ਹੋਰ ਵੀ ਸੁੰਦਰ ਲੱਗਦੀ ਸੀ। ਇੱਕ ਦਿਨ ਉਹਨਾਂ ਦੇ ਘਰ ਵਿੱਚ ਖੁਸ਼ੀ ਦੀ ਤਕਰੀਬ ਸੀ। ਉਹ ਇਸ ਪਾਰੋਂ ਭਈ ਅੱਲਾ ਨੇ ਸੁੰਦਰੀ ਦੀ ਸੁਣ ਲਈ ਸੀ, ਉਹ ਮਾਂ ਬਣਨ ਵਾਲੀ ਸੀ। ਸੁੰਦਰੀ ਦੀਆਂ ਸਹੇਲੀਆਂ ਮਹੱਲੇਦਾਰਾਂ ਦੇ ਨਾਲ ਨਾਲ ਬਹੁਤ ਸਾਰੇ ਰਿਸ਼ਤੇਦਾਰ ਵੀ ਆਏ ਸਨ। ਸੁੰਦਰੀ ਨੇ ਉਸ ਦਿਨ ਉਹ ਹਾਰ ਗਲ ਵਿੱਚ ਪਾਇਆ ਸੀ। ਖਾਣਾ ਖਾਂਦਿਆਂ ਸੁੰਦਰੀ ਦੀ ਸਾੜੀ 'ਤੇ ਸਾਲਣ ਡੁੱਲ ਗਿਆ। ਜਦੋਂ ਸੁੰਦਰੀ ਸਾੜੀ ਬਦਲਣ ਵਾਸਤੇ ਕਮਰੇ ਵਿੱਚ ਗਈ, ਆਪਣਾ ਹਾਰ ਲਾ ਕੇ ਉੱਥੇ ਰੱਖਿਆ, ਸਾੜੀ ਪਾ ਲਈ ਪਰ ਹਾਰ ਪਾਉਣਾ ਭੁੱਲ ਗਈ ਅਤੇ ਬਾਹਰ ਆ ਗਈ। ਥੋੜ੍ਹੀ ਦੇਰ ਤੋਂ ਬਾਅਦ ਜਦੋਂ ਸੁੰਦਰੀ ਨੂੰ ਪਤਾ ਲੱਗਾ ਭਈ ਹਾਰ ਉਹਦੇ ਗਲ ਵਿੱਚ ਨਹੀਂ, ਉਹ ਦੌੜ ਕੇ ਆਪਣੇ ਕਮਰੇ ਵਿੱਚ ਗਈ ਪਰ ਉੱਥੇ ਹਾਰ ਮੌਜੂਦ ਨਹੀਂ ਸੀ। ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ, ਰਿਕਾਰਡ ਕਰਦੇ ਨੇ ਲਾਲਾ ਜੀ ਅਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਹਾਰ ਰੱਖਿਆ ਸੀ ਉਹਨੇ ਵਿੱਚ ਬਾਰੀ, ਹੁੰਡੀ ਬਾਰੀ ਦੀ ਸੁੰਦਰੀ ਮਾਰ ਆਈ। ਰਹਿੰਦੀ ਸੋਮੀ ਸੀ ਉਹਦੇ ਗੁਆਂਡ ਯਾਰੋ, ਇਹਨੂੰ ਸੁੰਦਰੀ ਦੇ ਨਾਲ ਖਾਰ ਆਈ। ਜਦ ਪਤਾ ਲੱਗਾ ਹਾਰ ਗੱਲ ਨਹੀਂ, ਗੱਲ ਨਹੀਂ ਹੈ ਗੱਲ ਨਹੀਂ, ਦੌੜੀ ਦੌੜੀ ਉਹ ਅੰਦਰ ਨੂੰ ਜਾਂਦੀ ਏ। ਚੋਰੀ ਹੋ ਗਿਆ ਏ ਹਾਰ ਮੇਰਾ, ਉੱਥੇ ਉੱਚੀ ਉੱਚੀ ਰੌਲਾ ਪਾਉਂਦੀ ਏ। ਓਏ ਇਕੱਠੇ ਸੀ ਉੱਥੇ ਲੋਕ ਸਾਰੇ, ਕਿੱਸਾ ਆ ਕੇ ਸਭ ਨੂੰ ਬਤਾਉਂਦੀ ਏ। ਲੱਖਾਂ ਦਾ ਹਾਰ ਸੀ ਚੋਰੀ ਹੋਇਆ, ਉਹ ਰੋਂਦੀ ਤੇ ਨਾਲੇ ਕੁਰਲਾਉਂਦੀ ਏ। ਉੱਥੇ ਸਾਰਿਆਂ ਤੋਂ ਪੁੱਛ ਗਿੱਛ ਹੋਈ ਪਰ ਹਾਰ ਦਾ ਪਤਾ ਨਾ ਚੱਲਿਆ ਏ। ਬੜਾ ਵੇਖਿਆ ਅੰਦਰ ਬਾਹਰ ਉਹਨਾਂ, ਹਾਰ ਕਿਧਰੇ ਵੀ ਨਾ ਚੱਲਿਆ ਏ। ਪਿੰਡ ਦੇ ਵਿੱਚ ਪੰਚਾਇਤ ਹੋਈ, ਹਾਰ ਲੱਭਿਆ ਨਹੀਂ ਸਰਪੰਚ ਸਾਡਾ, ਜਾ ਕੇ ਉਸ ਦੇ ਕੋਲ ਸ਼ਿਕਾਇਤ ਹੋਈ। ਜਾਵੇ ਕੋਈ ਪਰਾਉਣਾ ਨਾ ਘਰ ਵਿੱਚੋਂ, ਘਰ ਵਿੱਚੋਂ ਹੈ ਘਰ ਵਿੱਚੋਂ, ਸਰਪੰਚ ਇਹ ਹੁਕਮ ਸੁਣਾਉਂਦਾ ਏ।
ਨਿਕਲਦ ਨਹੀਂ ਦਾ ਭਰਿਆ ਸੀ ਲੈ ਕੇ ਸਭ ਉਡੀਕਦੇ ਉਹਨੂੰ ਯਾਰੋ ਮੋਰੇ ਉਹਨਾਂ ਕੁਰਾਨ ਜੀ ਤਰਿਆ ਸੀ ਮਿੱਠੂ ਲੇਟ ਹੋਇਆ ਲੈ ਖੋਤਾ ਆਇਆ ਸਭ ਵੇਖ ਕੇ ਉਸ ਨੂੰ ਹੈਰਾਨ ਹੋਏ ਵਿੱਚ ਪੰਚਾਇਤ ਕੀ ਲੈਣ ਆਇਆ ਜੀਓ ਸੋਚ ਕੇ ਉਹ ਪਰੇਸ਼ਾਨ ਹੋਏ ਮੇਰੇ ਸੱਜਣੋ ਮਿੱਠੂ ਇਹ ਖੋਤਾ ਲੈ ਕੇ ਪੰਚਾਇਤ ਵਿੱਚ ਆ ਗਿਆ ਤੇ ਸਭ ਹੈਰਾਨੀ ਨਾਲ ਪੁੱਛਣ ਲੱਗੇ ਮਿੱਠੂ ਇਸ ਖੋਤੇ ਨੂੰ ਕਿੱਧਰ ਲੈ ਆਇਆ ਹੈ ਮਿੱਠੂ ਕਹਿਣ ਲੱਗਾ ਇਹ ਜਾਦੂਗਰ ਖੋਤਾ ਹੈ ਇਹਨੂੰ ਲੱਭਦਿਆਂ ਮੈਨੂੰ ਲੇਟ ਹੋ ਗਈ ਸੀ ਸਰਪੰਚ ਕਹਿਣ ਲੱਗਾ ਖੋਤਾ ਤੇ ਜਾਦੂਗਰ ਮਿੱਠੂ ਅਸੀਂ ਤੇ ਤੈਨੂੰ ਬੜਾ ਅਕਲਮੰਦ ਸਮਝਦੇ ਸਾਂ ਇਹ ਕੀ ਬੇਵਕੂਫੀ ਹੈ ਮਿੱਠੂ ਕਹਿਣ ਲੱਗਾ ਜਨਾਬ ਇਹ ਬੇਵਕੂਫੀ ਨਹੀਂ ਇਹ ਖੋਤਾ ਦੱਸੇਗਾ ਵੀ ਚੋਰ ਕੌਣ ਹੈ ਸਰਪੰਚ ਕਹਿਣ ਲੱਗਾ ਇਹ ਖੋਤਾ ਬੋਲਦਾ ਵੀ ਏ ਹੁਣੇ ਸਾਰਿਆਂ ਦੇ ਸਾਹਮਣੇ ਪਤਾ ਲੱਗ ਜਾਏਗਾ ਮਿੱਠੂ ਖੋਤੇ ਨੂੰ ਲਿਜਾ ਕੇ ਇਹ ਕਮਰੇ ਵਿੱਚ ਬੰਨ ਆਇਆ ਅਤੇ ਕਹਿਣ ਲੱਗਾ ਇੱਕ ਇੱਕ ਬੰਦਾ ਜਾਏ ਅਤੇ ਖੋਤੇ ਦੀ ਪੂਛ ਖਿੱਚ ਕੇ ਕਵੇ ਮੈਂ ਚੋਰ ਨਹੀਂ ਜਿਹੜਾ ਚੋਰ ਹੋਵੇਗਾ ਖੋਤਾ ਦੱਸ ਦੇਵੇਗਾ ਸਾਰੇ ਪੰਚਾਇਤੀ ਹੈਰਾਨੀ ਨਾਲ ਇਹ ਮੰਜ਼ਰ ਵੇਖ ਰਹੇ ਸਨ ਇਸ ਤੋਂ ਅੱਗੇ ਦਾ ਹਾਲ ਗਾ ਕੇ ਸੁਣਾ ਰਹੇ ਨੇ ਸਾਧਕ ਪੱਟੀ ਬਾਗ ਮੋੜ ਵਾਲੇ ਖੋਤਾ ਜਾ ਕੇ ਅੰਦਰ ਉਹਨੇ ਬੰਨ ਦਿੱਤਾ ਹੈ ਬੰਨ ਦਿੱਤਾ ਜਿਹੜਾ ਚੋਰ ਦਾ ਹਾਲ ਦਸਾਂਦਾ ਏ ਜਾ ਕੇ ਖਿੱਚ ਕੇ ਪੂਛ ਕਹਿੰਦਾ ਚੋਰ ਨਹੀਂ ਜਿਹੜਾ ਕਮਰੇ ਦੇ ਵਿੱਚ ਜਾਮਦਾ ਏ ਵਾਰੀ ਵਾਰੀ ਉਹ ਗਏ ਸਭ ਪੂਛ ਖਿੱਚਣ ਫਿਰ ਵਾਰੀ ਜਨਾਨੀਆਂ ਦੀ ਆਈ ਯਾਰੋ ਜਾ ਕੇ ਖਿੱਚਦੀਆਂ ਉਹ ਪੂਛ ਉਹਦੀ ਸੀਮਾ ਰਾਣੋ ਰੱਖੀ ਤੇ ਯਾਰ ਪਾਰੋ ਪਤਾ ਲੱਗਾ ਨਾ ਕਿਸੇ ਨੂੰ ਚੋਰ ਕਿਹੜਾ ਨਾਲ ਬੰਦਿਆਂ ਤੇ ਨਾਲ ਔਰਤਾਂ ਦੇ ਯਾਰੋ ਭਰਿਆ ਸੀ ਉਹਦਾ ਸਾਰਾ ਬੇੜਾ ਕਹਿੰਦਾ ਬੋਲ ਉੱਤੇ ਸਰਪੰਚ ਯਾਰੋ ਪੰਚ ਯਾਰੋ ਸਰਪੰਚ ਯਾਰੋ ਮਿੱਠੂ ਕੱਢ ਕੇ ਖੋਤੇ ਨੂੰ ਬਾਹਰ ਲਿਆ ਸੇ ਸਾਨੂੰ ਇਹ ਚੋਰ ਦਾ ਨਾਂ ਏ ਤੇ ਜਾਦੂਗਰ ਖੋਤਾ ਤੂੰ ਯਾਰ ਲਿਆ ਕਹਿੰਦਾ ਖੋਤੇ ਨੇ ਦੱਸਣਾ ਨਾ ਕਿਹੜਾ ਹੈ ਨਾ ਕਿਹੜਾ ਪਤਾ ਮੈਂ ਆਪੇ ਯਾਰਾ ਕਰ ਲੈਨਾ ਜਿਹਨੇ ਚੋਰੀ ਕੀਤੀ ਉਸ ਬੰਦੇ ਨੂੰ ਵਿੱਚ ਭਰੀ ਪੁੱਛੈ ਤੂੰ ਮੈਂ ਫੜ ਲੈਨਾ ਮੇਰੇ ਸੱਜਣੋ ਮਿੱਠੂ ਨੇ ਸਾਰਿਆਂ ਦੇ ਹੱਥ ਸੁੰਘਣੇ ਸ਼ੁਰੂ ਕਰ ਦਿੱਤੇ ਜਦੋਂ ਉਹਨੇ ਸਾਰਿਆਂ ਦੇ ਹੱਥ ਸੁੰਘੇ ਤੇ ਮਿੱਠੂ ਕਹਿਣ ਲੱਗਾ ਸੂਮੀ ਚੋਰ ਏ ਮੇਰੇ ਸੱਜਣੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵਾਂ ਸੂਮੀ ਸੁੰਦਰੀ ਦੀ ਗੁਆਂਢਣ ਸੀ ਜਿਹਨੂੰ ਸੁੰਦਰੀ ਨਾਲ ਉਹਦੇ ਹੁਸਨ ਤੇ ਅਮੀਰੀ ਦੀ ਵਜ੍ਹਾ ਤੋਂ ਬੜੀ ਖਾਰ ਸੀ ਸਰਪੰਚ ਕਹਿਣ ਲੱਗਾ ਤੈਨੂੰ ਕਿੱਦਾਂ ਪਤਾ ਏ ਸੂਮੀ ਚੋਰ ਏ ਮਿੱਠੂ ਕਹਿਣ ਲੱਗਾ ਮੈਂ ਖੋਤੇ ਦੀ ਪੂਛ 'ਤੇ
ਇੱਕ ਖਾਸ ਕਿਸਮ ਦੀ ਖੁਸ਼ਬੂ ਲਗਾਈ ਸੀ, ਜਿਨ੍ਹਾਂ ਨੇ ਖੋਤੇ ਦੀ ਪੂਛ ਫੜ ਕੇ ਆਖਿਆ ਸੀ, ਮੈਂ ਚੋਰ ਨਹੀਂ। ਉਹਨਾਂ ਦੇ ਹੱਥਾਂ ਵਿੱਚੋਂ ਖੁਸ਼ਬੂ ਆ ਰਹੀ ਏ। ਜਿਹਨੇ ਖੋਤੇ ਦੀ ਪੂਛ ਨਹੀਂ ਫੜੀ, ਉਹਦੇ ਹੱਥ 'ਚੋਂ ਖੁਸ਼ਬੂ ਨਹੀਂ ਆਈ। ਖੋਤਾ ਕੋਈ ਜਾਦੂਗਰ ਨਹੀਂ। ਸੂਮੀ ਨੇ ਖੋਤੇ ਦੇ ਜਾਦੂਗਰ ਹੋਣ ਦੇ ਡਰ ਤੋਂ ਉਹਦੀ ਪੂਛ ਨਹੀਂ ਫੜੀ। ਕਿਤੇ ਖੋਤਾ ਕਹਿ ਨਾ ਦੇਵੇ ਵੀ ਇਹੋ ਚੋਰ ਏ। ਸੂਮੀ ਨੇ ਖੋਤੇ ਦੀ ਪੂਛ ਫੜਨ ਤੋਂ ਬਗੈਰ ਆਖਿਆ ਸੀ, ਮੈਂ ਚੋਰ ਨਹੀਂ। ਸਰਪੰਚ ਨੇ ਜਦੋਂ ਸਖਤੀ ਨਾਲ ਸੂਮੀ ਨੂੰ ਪੁੱਛਿਆ, ਦੱਸ ਹਾਰ ਤੂੰ ਚੋਰੀ ਕੀਤਾ ਏ? ਸੂਮੀ ਕਹਿਣ ਲੱਗੀ, ਮੈਨੂੰ ਮਾਫ਼ ਕਰ ਦਿਓ, ਹਾਰ ਮੈਂ ਚੋਰੀ ਕੀਤਾ ਏ। ਉੱਥੇ ਸਰਪੰਚ ਕੀ ਕਹਿੰਦਾ ਏ, ਸਾਧਕ ਪੱਟੀ ਕੀ ਕਹਿੰਦਾ ਏ, ਅਤੇ ਲਾਲਾ ਜੀ ਰਿਕਾਰਡ ਕਰਦੇ ਨੇ। ਟੱਬਰ ਸਾਰਾ ਹਾਏ ਟੱਬਰ ਸਾਰਾ ਚੋਰੀ ਕਰਕੇ ਨੱਕ ਇਹਨੇ ਡੋਬ ਦਿੱਤਾ। ਏਡਾ ਬੁਰਾ ਕੀਤਾ ਇਹਨੇ ਕੰਮ ਇੱਥੇ ਕੰਡਾ ਸੀਨੇ ਦੇ ਵਿੱਚ ਇਹਨੇ ਚੋਬ ਦਿੱਤਾ। ਕਹਿੰਦੀ ਸੁੰਦਰੀ ਮੈਂ ਇਹਨੂੰ ਮਾਫ ਕੀਤਾ, ਕੱਢੋ ਟੱਬਰੇ ਦਾ ਨਾ ਬਾਹਰ ਤੁਸੀਂ। ਬੜੀ ਅਕਲ ਦਾ ਕੰਮ ਤੂੰ ਕਰ ਛੱਡਿਆ, ਲੱਭਾ ਹਾਰ ਤੇ ਸੁੰਦਰੀ ਖੁਸ਼ ਹੋਈ, ਬੇੜਾ ਖੁਸ਼ੀਆਂ ਨਾਲ ਤੂੰ ਭਰ ਛੱਡਿਆ। ਕਹਿੰਦਾ ਪਿੰਡ ਤੋਂ ਬਾਹਰ ਮਕਾਨ ਕੱਚਾ, ਜਿੱਦਾਂ ਯਾਰ ਸ਼ਤੀਰ ਵੀ ਟੁੱਟਿਆ ਏ। ਕੱਚਾ ਮੇਰੇ ਘਰ ਦਾ ਜੀ, ਜਿਹੜਾ ਡੰਗਰਾਂ ਨੇ ਆਣ ਪੱਟਿਆ ਏ। ਜੇਕਰ ਕਰੋ ਮਰੰਮਤ ਘਰ ਮੇਰਾ, ਬੜਾ ਹੋਵੇਗਾ ਮੇਰੇ ਤੇ ਹਸਾਨ ਯਾਰੋ। ਅਜਰ ਦੇਵੇਗਾ ਤੂੰ ਸਾਨੂੰ ਸਾਰਿਆਂ ਨੂੰ, ਮੇਰਾ ਰੱਬ ਸੱਚਾ ਰਹਿਮਾਨ ਯਾਰੋ। ਸਰਪੰਚ ਵੱਡਾ ਅਸੀਂ ਪਿੰਡ ਦੇਵਾਂਗੇ ਮਕਾਨ ਤੈਨੂੰ, ਬੇਟਾ ਉਸ ਤੇ ਕਰੀ ਤੂੰ ਕੰਮ ਮਿੱਠੂ, ਨਾਲੇ ਦੇਵਾਂਗੇ ਪਾ ਕੇ ਦੁਕਾਨ ਤੈਨੂੰ, ਬੇਟਾ ਉਸ ਤੇ ਕਰੀ ਤੂੰ ਕੰਮ ਮਿੱਠੂ, ਨਾਲੇ ਦੇਵਾਂਗੇ ਪਾ ਕੇ ਦੁਕਾਨ ਤੈਨੂੰ। ਮੇਰੇ ਸੱਜਣੋ, ਬੇਲੀਓ, ਬਜ਼ੁਰਗੋ ਅਤੇ ਮਿੱਤਰੋ, ਸੁੰਦਰੀ ਨੇ ਸੂਮੀ ਨੂੰ ਮਾਫ਼ ਕਰ ਦਿੱਤਾ ਅਤੇ ਪਿੰਡ ਵਾਲਿਆਂ ਨੇ ਮਿੱਠੂ ਨੂੰ ਪਿੰਡ ਵਿੱਚ ਨਵਾਂ ਮਕਾਨ ਬਣਾ ਕੇ ਦਿੱਤਾ ਅਤੇ ਨਾਲੇ ਇੱਕ ਦੁਕਾਨ ਬਣਾ ਕੇ ਦਿੱਤੀ। ਉਹ ਖੁਸ਼ ਖੁਸ਼ ਰਹਿਣ ਲੱਗ ਪਿਆ। ਮੇਰੇ ਦੋਸਤੋ, ਜਾਦੂਗਰ ਖੋਤਾ ਨਹੀਂ ਸੀ, ਜਾਦੂਗਰ ਮਿੱਠੂ ਸੀ, ਜਿਹਨੇ ਆਪਣੀ ਅਕਲਮੰਦੀ ਨਾਲ ਚੋਰੀ ਹੋਇਆ ਹਾਰ ਲੱਭਿਆ। ਇਹ ਸੀ ਸਾਡੀ ਅੱਜ ਦੀ ਕਹਾਣੀ, ਅਤੇ ਇਹਦੇ ਨਾਲ ਹੀ ਸੁਲਤਾਨੀ ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਅਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਧਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।